ਕੋਈ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ। ਔਰ ਮੈਨੂੰ ਆਹ ਵਕੀਲ ਨੇ, ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਫੇਰ ਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਛ ਨਹੀਂ ਲੱਭਿਆ ਉਹਦੇ ਚੋਂ। ਉਹ ਇਸ ਵਕੀਲ ਨੇ ਚਰਨਜੀਤ ਵੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ। ਔਰ ਇਹ ਜੀ ਸ਼ਰਾਰਤ ਜਦੋਂ ਸਿਰ ਰਹੀ ਹੈ, ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ, ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਦੇ ਮਸਲੇ 'ਚ ਚੇਅਰਮੈਨ ਸਾਹਿਬ, ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਹਾਂ, ਮੇਰੇ ਕੇਸ 'ਚ ਤਾਂ ਕੁਛ ਕਰ ਦੇ। ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ 'ਤੇ 100% ਛੱਡੋ, ਉਸ ਘਰ ਦਾ ਮੈਂ ਕੂਕਰ ਹਾਂ, ਮੈਨੂੰ ਗੁਰੂ ਘਰ 'ਚ ਵਿਸ਼ਵਾਸ ਹੈ, ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ। ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ, ਜਿਹੜੀਆਂ ਬਣਾਈਆਂ ਹੋਈਆਂ ਲੋਕਾਂ ਦੀਆਂ ਕੋਰਟਾਂ ਨੇ ਉਹ 'ਚੋਂ ਇਨਸਾਫ ਮਿਲਿਆ। ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਹੈ, ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾਂ ਜੀ ਲੱਤਾਂ 'ਤੇ ਜਾਨ ਹੈ, ਤੂੰ ਆਪ ਬਣੀ, ਅਫਸਰਾਂ ਨੂੰ ਮੋਹਰੇ ਨਾ ਵਰਤ। ਕੇਜਰੀਵਾਲ ਸਾਹਿਬ ਨੂੰ ਕਿ ਭਾਊ ਘਬਰਾਉਣ ਦੀ ਲੋੜ ਨਹੀਂ, ਇਹ ਤੈਨੂੰ ਠੋਕਣ ਨੂੰ ਫਿਰਦੇ, ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ, ਤਿੰਨ ਨੂੰ ਜਾਣਾ ਉਹ ਦੱਸ ਦੀ, ਆਹ ਤਿੰਨ ਨੂੰ ਇਹ ਮੈਨੂੰ ਨਾ ਸੱਦਣ, ਮੈਂ ਉਹਦੇ ਨਾਲ ਜਾ ਆਊਂਗਾ, ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ, ਪੰਜ ਨੂੰ ਸੱਦਣਾ ਪੰਜ ਨੂੰ ਸੱਦਣ, ਮਗਰ ਹਾਈਕੋਰਟ ਦੇ ਆਰਡਰ ਜ਼ਰੂਰ ਪੜ੍ਹ। ਮੈਂ ਤਾਂ ਇੱਕ ਬੜਾ ਲੋਅ ਅਬਾਈਡਿੰਗ ਸਿਟੀਜ਼ਨ, ਹੁਣ ਤੁਸੀਂ ਦਾਸ ਦਾ ਅਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਕਿ ਮੈਨੂੰ 5 ਵਾਰੀ ਸੰਮਨ ਹੋਇਆ ਜੀ ਸਿੱਟ ਅੱਗੇ ਆਉਣ ਲਈ, 3 ਵਾਰੀ ਤਾਂ ਐਂਟੀਸਪੇਟਰੀ ਬੇਲ ਤੋਂ ਜਦ ਮੈਨੂੰ ਮਿਲੀ ਸੀ ਉਹ ਤੋਂ ਅਤੇ ਉਹ ਤੋਂ ਪਹਿਲਾਂ ਉਦੋਂ ਮੈਂ 3 ਵਾਰੀ ਪੇਸ਼ ਹੋਇਆ ਜੀ। ਫਿਰ ਮੈਨੂੰ ਪਹਿਲੇ ਸਮਨ ਨਿਕਲੇ 18 ਨੂੰ, ਲੋਅ ਅਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਮੈਂ 18 ਨੂੰ ਫਿਰ ਪੇਸ਼ ਹੋ ਗਿਆ, ਫਿਰ ਮੈਨੂੰ ਇਹਨਾਂ ਨੇ ਸਮਨ ਕੱਢੇ 27 ਤਰੀਕ ਦੇ, ਔਰ ਅੰਦਰ ਇਨ ਕੈਮਰਾ ਪ੍ਰੋਸੀਡਿੰਗ ਚੱਲਦੀ ਹੈ ਅਤੇ ਮੈਂ ਇਹਨਾਂ ਨੂੰ ਅੰਦਰ ਕਿਹਾ ਸੀ ਕਿ ਵੇਖੋ ਇਹ ਸ਼ਹੀਦੀ ਸਪਤਾਹ ਚੱਲਦਾ, 26, 27, 28 ਇਹਨਾਂ ਤਰੀਕਾਂ ਨੂੰ ਮੈਂ ਪੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ। ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇੱਥੇ ਹਾਜ਼ਰ ਹੋ ਜੂਗਾ, ਕਿਉਂਕਿ ਅਸੀਂ ਗੁਰੂ ਦੇ ਚਰਨਾਂ 'ਚ, ਗੁਰੂ ਦੇ ਚਰਨ ਪਰਸਨ ਦਾ ਸਾਡਾ ਉਹ ਸਮਾਂ ਹੁੰਦਾ। ਮਗਰ ਇਹਨਾਂ ਨੇ ਫਿਰ ਸ਼ਰਾਰਤ ਨਾਲ ਮੈਨੂੰ 27 ਨੂੰ ਸੰਮਨ ਕੀਤੇ। ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟ ਸੀ, ਮੇਰੇ ਲਈ ਗੁਰੂ ਪਹਿਲਾਂ ਅਤੇ ਬਾਕੀਆਂ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤ ਮਾਨ ਦੀਆਂ ਬਣਾਈਆਂ SIT ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫਿਰ ਮੈਨੂੰ 30 ਤਰੀਕ ਦੇ ਸੰਮਨ ਕੱਢਤੇ। ਹੁਣ ਕਮਾਲ ਦੀ ਗੱਲ ਹੈ, ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਹੋ ਰਿਹਾ ਆਹ, ਮੈਂ ਜਿਸ SIT ਦੇ ਚੇਅਰਮੈਨ ਮੁਖਵਿੰਦਰ ਸਿੰਘ ਛੀਨਾ ਸਾਹਿਬ, ਇਹ 29 ਤਰੀਕ ਨੂੰ ਮੁਖਵਿੰਦਰ ਸਿੰਘ ਛੀਨਾ IPS ਪੁੱਤਰ ਜਗਤਾਰ ਸਿੰਘ ਛੀਨਾ ਵਧੀਕ ਡਾਇਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਦੇ ਸੇਵਾ ਨਿਵਰਤ ਦੀ ਉਮਰ ਭਾਵ 60 ਸਾਲ ਪੂਰੀ ਹੋਣ ਉਪਰੰਤ ਉਹਨਾਂ ਨੂੰ ਮਿਤੀ 31/12/2023 ਬਾਅਦ ਦੁਪਹਿਰ ਤੋਂ ਸਰਕਾਰੀ ਸੇਵਾ ਤੋਂ ਨਿਵਰਤ ਕੀਤਾ ਜਾਂਦਾ ਹੈ। ਸ਼ਾਇਦ ਪਹਿਲੀ ਵਾਰੀ ਹੋਇਆ 29/12/23 ਲਾਸਟ ਵਰਕਿੰਗ ਡੇ ਫਰਾਈਡੇ ਸੀ, ਅਤੇ ਇਹਨਾਂ ਨੇ ਜਿਨ੍ਹਾਂ ਨੇ ਕੱਲ੍ਹ ਸੰਡੇ ਆ, ਅੱਜ ਸ਼ਨੀਵਾਰ ਐਤਵਾਰ ਇਹਨਾਂ ਨੇ ਆਪਦੀਆਂ ਰਿਟਾਇਰਮੈਂਟ ਪਾਰਟੀਆਂ ਕਰ ਲਈਆਂ, ਮਗਰ ਮੈਨੂੰ ਫੇਰ ਸੱਦ ਲਿਆ। ਇਤਿਹਾਸ 'ਚ ਮੈਂ ਤਾਂ ਕਹਿੰਦਾ ਰਾਸ਼ਟਰਪਤੀ ਭਾਵੇਂ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਆਨਰੇਬਲ ਸੁਪਰੀਮ ਕੋਰਟ ਤੋਂ ਇਹ ਚਾਰਜਸ਼ੀਟਡ ਨੇ, ਮਤਲਬ ਸ਼ੋਅ ਕੌਜ਼ ਨੋਟਿਸ ਇਸ਼ੂ ਹੋਇਆ, ਉਹਦੇ 'ਚ ਕਈਆਂ ਨੂੰ
ਆਲਰੇਡੀ ਜਵਾਬ ਤਲਬੀ ਚੱਲ ਰਹੀ ਆ, ਕਈ ਸਸਪੈਂਡ ਹੋ ਗਏ ਆ, ਮਗਰ ਇਹ ਜਨਾਬ ਨੂੰ ਤਾਂ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਕਿ ਕੱਲ ਦੁਪਹਿਰ ਨੂੰ, ਕੱਲ 24 ਘੰਟੇ ਨਹੀਂ ਰਹਿ ਗਏ ਹੁਣ, ਰਿਟਾਇਰਮੈਂਟ ਹੈ, ਮਗਰ ਪਤਾ ਨਹੀਂ ਕਿਹੜੀ ਇਹੋ ਜਿਹੀ ਮਜਬੂਰੀ ਹੋ ਗਈ ਕਿ ਮਜੀਠੀਏ ਨੂੰ ਫੇਰ ਸੱਦਣਾ ਪੈ ਗਿਆ। ਮੈਂ ਤਾਂ ਖੁਸ਼ੀ ਖੁਸ਼ੀ ਆਇਆ, ਮੈਂ ਉਸ ਦਿਨ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਸ ਨਹੀਂ ਚੱਲਦਾ ਇਹਨਾਂ ਨੇ, ਔਰ ਇਹਨਾਂ ਨੇ ਮੇਰੇ 'ਤੇ ਕੋਈ ਕੇਸ ਹੀ ਪਾਉਣਾ ਝੂਠਾ, ਪਾ ਦਿਓ ਭਾਈ, ਤੁਸੀਂ ਬਾਹਲਾ ਕਸ਼ਟ ਕਰੋਗੇ, ਮੁੜ ਕੇ ਪੁਲਿਸ ਭੇਜੋਗੇ, ਮੈਂ ਆਪ ਹੀ ਆ ਜਾਂਦਾ, ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ, ਮੈਂ ਨਹੀਂ ਆ ਸਕਦਾ ਸੀਗਾ। ਮਗਰ ਫਿਰ ਮੈਂ ਮਨ ਬਣਾਇਆ ਕਿ ਐਵੇਂ ਪੁਲਿਸ ਭੇਜਦੇ ਫਿਰਨਗੇ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾਉਣਾ, ਮੈਂ ਆਪ ਹੀ ਚੱਲਦਾ। ਔਰ ਜੇ SIT ਦੇ ਚੇਅਰਮੈਨ ਦੇ, ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ, ਜਿਹੜੀ ਉਸ 'ਚ ਵੀ ਇਹ ਸਿੱਟ ਦੇ ਮੈਂਬਰ ਚੇਅਰਮੈਨ ਰਹਿ ਚੁੱਕੇ ਆ, ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਹਟੂਰ ਸਾਹਿਬ ਨੇ ਜਿਹੜੇ ਗਵਾਹ ਨੇ, ਉਹ ਦੱਸ ਰਹੇ ਕਿ ਕਿਵੇਂ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ, ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ। ਸੋ ਜਿਹੜੇ ਚੇਅਰਮੈਨ ਸਾਹਿਬ ਨੇ, ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ, ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ, ਤਾਂ ਬਈ ਮੈਂ ਤਾਂ ਤੁਹਾਡਾ ਭਲਾ ਤੱਕਣ ਵਾਲਾ, ਮੈਂ ਅੱਜ ਫੇਰ ਆ ਗਿਆ, ਜਿੱਥੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੀ। ਹਾਂ, ਇਹ ਬੇਨਤੀ ਜ਼ਰੂਰ ਹੈ ਕਿ ਆਰਡਰ ਮੇਰੇ ਜਿਹੜੇ ਹਾਈਕੋਰਟ ਦੇ ਆਰਡਰ ਨੇ ਨਾ, ਆਹ ਮੇਰੇ ਕੋਲ ਹਾਈਕੋਰਟ ਦੇ ਆਰਡਰ ਨੇ, ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕਿ ਹਾਈਕੋਰਟ ਦੇ ਆਰਡਰਾਂ 'ਚ ਕਿੱਥੇ ਨਹੀਂ ਲਿਖਿਆ ਕਿ ਮੈਨੂੰ ਸਿੱਟ ਕੋਲ ਵਾਰ ਵਾਰ ਪੇਸ਼ ਹੋਣਾ ਪੈਣਾ। ਮਗਰ ਮੈਂ ਆਪਦੀ ਜ਼ਿੰਮੇਵਾਰੀ ਸਮਝਿਆ, ਕਿਉਂਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ। ਮੈਂ 9 ਤਰੀਕ ਨੂੰ CM ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ, 11 ਤੋਂ ਇਹ ਸ਼ੁਰੂ ਹੋ ਗਿਆ ਕੰਮ, ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟ ਦਾ, ਉਹ ਫਿਰ ਮੈਨੂੰ ਸੱਦੀ ਜਾਂਦਾ। ਉਦੋਂ ਮੈਂ DGP ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਕਿ ਇਹ ਕਿਹੜਾ ਜਸਟਿਸ ਸਿਸਟਮ ਹੈ। ਉਪਕਾਰ ਸਿੰਘ ਸੰਧੂ ਹੋਰਾਂ ਨੂੰ ਵੀ, ਔਰ ਮੈਂ ਉਹੀ ਮਹਾਰਾਜ ਜੀ, ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ, ਉਹ ਤੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਿਸੇ ਅਫਸਰ ਹੋਰ 'ਤੇ ਭਰੋਸਾ ਨਹੀਂ ਨਾ, ਇਹ ਵੀ ਸਪਸ਼ਟ ਹੈ। ਮਗਰ ਰਿਟਾਇਰਮੈਂਟ ਚਿੱਠੀ ਮੈਂ ਲੈ ਕੇ ਆਇਆ, ਔਰ ਕਿਵੇਂ ਉਪਕਾਰ ਸਿੰਘ ਸੰਧੂ, ਦੇਖੋ ਮੈਂ ਉਹਨਾਂ ਦੀ ਇਸ ਗੱਲ ਦੀ ਤਾਰੀਫ ਕਰਦਾ, ਉਹਨਾਂ ਦਾ ਧੰਨਵਾਦ ਕਰਦਾ, ਉਹ ਇੱਕ ਇਹਨਾਂ ਦੇ ਮੁੱਖ ਗਵਾਹ ਨੇ ਜਿਨ੍ਹਾਂ ਨੂੰ ਹਾਈਕੋਰਟ ਨੇ ਫਟਕਾਰ ਲਾਈ ਆ, ਉਹਨਾਂ ਦੇ ਗਵਾਂਢੀ ਨੇ ਜਿਨ੍ਹਾਂ ਨੇ ਸਿਕਿਉਰਿਟੀ ਬਦਲੇ ਗਵਾਹੀਆਂ ਦਿੱਤੀਆਂ ਨੇ, ਉਹਨਾਂ ਨੂੰ ਬਣੇ ਬਣਾਏ ਬਿਆਨ ਆਏ ਕਿ ਤੁਸੀਂ ਇਹ ਬਿਆਨ ਦੇਣੇ ਆ, ਮਤਲਬ ਇੱਕ ਨਵਾਂ ਇਹਨਾਂ ਨੇ ਮੇਰੇ ਖਿਲਾਫ਼ ਸਬੂਤ ਮੈਨੂਫੈਕਚਰ ਬਣਾਉਣਾ ਚਾਹ ਰਹੇ ਸੀ। ਮਗਰ ਰੱਬ ਦੇ ਰੰਗ ਨੇ, ਸ਼ਹੀਦੀ ਸਪਤਾਹ ਚੱਲਦਾ ਹੋਵੇ, ਹੱਕ ਸੱਚ ਦੀ ਗੱਲ ਹੁੰਦੀ ਹੋਵੇ, ਉਸ ਬੰਦੇ ਦੇ ਮਨ 'ਚ ਕੋਈ ਰਹਿਮ ਪਈ ਹੋਣੀ, ਉਹਨੇ ਨਾਲੇ ਤਾਂ ਲਿਖ ਕੇ ਕਹਿਤਾ ਕਿ ਭਾਈ ਮੈਂ ਕੋਈ, ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ, ਔਰ ਮੈਨੂੰ ਆਹ ਵਕੀਲ ਨੇ, ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਬੇਲ ਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ, ਔਰ ਉਹਦਾ ਕੁਛ ਨਹੀਂ ਲੱਭਿਆ ਉਹਦੇ 'ਚੋਂ, ਉਹ ਇਸ ਵਕੀਲ ਨੇ ਸਰਬਜੀਤ ਵੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੀ। ਔਰ ਇਹ ਜੀ ਸ਼ਰਾਰਤ ਜਦੋਂ ਸਿੱਟ ਕਰ ਰਹੀ ਹੈ, ਜੇ ਜਹੇਦਾਰ ਕੋਂਕੇ ਸਾਹਿਬ ਦੀ 'ਚ ਕਰ ਸਕਦੇ, ਅਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਮਸਲੇ 'ਚ ਚੇਅਰਮੈਨ ਸਾਹਿਬ, ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਹਾਂ, ਮੇਰੇ ਕੇਸ 'ਚ ਤਾਂ ਕੁਛ ਕਰ ਦੇਣ। ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ 'ਤੇ 100% ਛੱਡੋ, ਉਸ ਘਰ ਦਾ ਮੈਂ ਕੁੱਕਰ ਹਾਂ, ਮੈਨੂੰ ਗੁਰੂ ਘਰ 'ਚ ਵਿਸ਼ਵਾਸ ਹੈ, ਉਸ ਕਚਹਿਰੀ 'ਚ ਮੈਨੂੰ ਇਨਸਾਫ਼ ਮਿਲੂਗਾ, ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ਼ ਮਿਲਿਆ, ਜਿਹੜੀਆਂ ਬਣਾਈਆਂ ਹੋਈਆਂ ਲੋਕਾਂ ਦੀਆਂ ਕੋਰਟਾਂ ਨੇ ਉਹ 'ਚੋਂ ਇਨਸਾਫ਼ ਮਿਲਿਆ। ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ, ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾਂ ਜੀ ਲੱਤਾਂ 'ਤੇ ਜਾਣਾ, ਤੂੰ ਆਪ ਬਣੀ, ਅਫਸਰਾਂ ਨੂੰ ਮੋਹਰੇ ਨਾ ਵਰਤ, ਦੋ ਦੋ ਹੱਥ ਸਿੱਧੇ ਕਰਾਂਗੇ। ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ, ਅੱਜ ਵੀ ਚੈਲੰਜ ਕਰਦਾ, ਜੇ ਲੱਤਾਂ 'ਚ ਜਾਣਾ
ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ, ਦੋ ਦੋ ਹੱਥ ਸਿੱਧੇ ਕਰ ਲਾਂਗੇ, ਕੀ ਇਹ ਜੀ ਫਜ਼ੂਲ ਦਾ। ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਊ ਘਬਰਾਉਣ ਦੀ ਲੋੜ ਨਹੀਂ, ਇਹ ਤੈਨੂੰ ਠੋਕਣ ਨੂੰ ਫਿਰਦੇ, ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ, ਤਿੰਨ ਨੂੰ ਜਾਣਾ ਉਹ ਦੱਸ ਦੀ, ਹਾਂ ਤਿੰਨ ਨੂੰ ਇਹ ਮੈਨੂੰ ਨਾ ਸੱਦਣ, ਮੈਂ ਉਹਦੇ ਨਾਲ ਜਾ ਆਊਂਗਾ, ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ, ਪੰਜ ਨੂੰ ਸੱਦਣਾ ਪੰਜ ਨੂੰ ਸੱਦ ਲੈਣ, ਮਗਰ ਹਾਈਕੋਰਟ ਦੇ ਆਰਡਰ ਜ਼ਰੂਰ ਪੜ੍ਹ ਲਓ। ਧੰਨਵਾਦ।